ਪੰਜਾਬ ਵਿੱਚ ਸਬਜ਼ੀਆਂ ਦੇ ਰੇਟ ਇੱਕ ਵਾਰੀ ਫਿਰ ਤੋਂ ਦੁੱਗਣੇ ਹੋਣੇ ਸ਼ੁਰੂ ਹੋ ਗਏ ਹਨ। ਪਿਛਲੇ ਕਈ ਮਹੀਨਿਆਂ ਤੋਂ ਮਹਿੰਗਾਈ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ। ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਕਈ ਵਸਤਾਂ ਵਿੱਚ ਕਾਫੀ ਤੇਜ਼ੀ ਨਾਲ ਮਹਿੰਗਾਈ ਵੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਟਮਾਟਰ ਤੇ ਪਿਆਜ਼ ਨੇ ਤਾਂ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ। ਜਦੋਂ ਸਪੋਕਸਮੈਨ ਦੀ ਟੀਮ ਨੇ ਪਟਿਆਲਾ ਦੀ ਸਬਜ਼ੀ ਮੰਡੀ ਦਾ ਦੌਰਾ ਕੀਤਾ ਤਾਂ ਪਤਾ ਲੱਗਿਆ ਕਿ 10 ਰੁਪਏ ਕਿਲੋ ਵਿਕਣ ਵਾਲਾ ਪਿਆਜ਼ ਹੁਣ 40 ਰੁਪਏ ਕਿਲੋ ਵਿਕ ਰਿਹਾ ਹੈ। ਟਮਾਟਰ ਜੋ 20 ਤੋਂ 30 ਰੁਪਏ ਕਿਲੋ ਸੀ, ਉਹ ਅੱਜ 60 ਤੋਂ 80 ਰੁਪਏ ਕਿਲੋ ਵਿਕ ਰਿਹਾ ਸੀ। ਮੰਡੀ ਵਿੱਚ ਸਬਜ਼ੀ ਖਰੀਦਣ ਆਏ ਲੋਕਾਂ ਦੇ ਅਨੁਸਾਰ ਸਬਜ਼ੀਆਂ ਦੇ ਰੇਟ ਜੋ ਇੱਕ ਹਫ਼ਤਾ ਪਹਿਲਾਂ ਸਨ, ਉਹਨਾਂ ਦੇ ਰੇਟ ਦੁੱਗਣੇ ਹੋ ਚੁੱਕੇ ਨੇ, ਜਿਸ ਨਾਲ ਉਹਨਾਂ ਦੇ ਘਰ ਦੀ ਰਸੋਈ ਦਾ ਬਜਟ ਹਿੱਲ ਚੁੱਕਿਆ। ਟਮਾਟਰ ਲੈਣ ਆਏ ਆ ਜੀ, ਪਿਆਜ਼ ਲੈਣ ਆਏ ਆ, ਹੁਣ ਅੱਗੇ ਨਾਲੋਂ ਰੇਟ ਬਹੁਤ ਵੱਧ ਚੁੱਕੇ ਆ। GST ਜਿਹੜੀ ਇਹ ਲਾ ਕੇ ਹਟਾਉਣੀ ਚਾਹੀਦੀ ਆ ਗੌਰਮੈਂਟ ਨੂੰ, ਤਾਂ ਕਿ ਗਰੀਬ ਬੰਦਾ ਰਲ ਕੇ ਚੀਜ਼ ਖਾ ਸਕੇ। ਮਤਲਬ ਸਭ ਕੁਛ ਹਫ਼ਤੇ ਦੇ ਵਿੱਚ ਮਤਲਬ ਇਹਨਾਂ ਨੇ ਕਹੇ, ਮਤਲਬ ਬਹੁਤ ਜ਼ਿਆਦਾ ਰੇਟ ਵਧਾ ਦਿੱਤੇ ਆ, ਇਸ ਵਾਸਤੇ ਮਤਲਬ ਗਰੀਬ ਬੰਦਾ ਇਹੋ ਜਿਹੀਆਂ ਚੀਜ਼ਾਂ ਨੂੰ ਨਹੀਂ ਖਾ ਸਕਦਾ। ਇਹਨਾਂ ਜਿਹੜੀ 20 ਰੁਪਏ ਸੀ ਉਹ 40 ਰੁਪਏ ਹੋ ਰਹੀ ਆ, ਜਿਹੜੀ 40 ਰੁਪਏ ਉਹ 60-70 ਰੁਪਏ ਹੋ ਰਹੀ ਆ। ਹੁਣ ਇਹ ਸਬਜ਼ੀ ਜਿਹੜੀ ਵੇਖ ਵੇਖ ਕੇ ਅਸੀਂ 2-3 ਦੇੜੀਆਂ ਫਿਰੀਆਂ, ਸਾਨੂੰ ਛੱਤ ਜੀ ਦੇ ਵੀ ਲੱਗੀਆਂ ਸਬਜ਼ੀ, ਤਾਂ ਟਮਾਟਰ ਵੀ ਵੇਖਦੇ ਵੇਖਦੇ ਕਿੰਨੀ ਦੂਰ ਅਸੀਂ ਆ ਗਏ ਹਾਂ, ਅਤੇ 60-70 ਅਸੀਂ ਤੋਂ ਘੱਟ ਕੋਈ ਦੇ ਨਹੀਂ ਰਿਹਾ ਟਮਾਟਰ, ਹੁਣ ਇੱਥੇ ਆਣ ਕੇ 60 ਲੈ ਰਹੇ ਹਾਂ। ਮਹਿੰਗੀਆਂ ਸਬਜ਼ੀਆਂ ਨੇ ਜਿੱਥੇ ਰਸੋਈ ਦਾ ਬਜਟ ਵਿਗਾੜਿਆ, ਉੱਥੇ ਰਿਟੇਲ ਦੁਕਾਨਦਾਰਾਂ ਦਾ ਵੀ ਬਜਟ ਹਿਲਾ ਕੇ ਰੱਖ ਦਿੱਤਾ ਹੈ। ਤੇ ਦੁਕਾਨਦਾਰਾਂ ਨੇ ਆਖਿਆ ਕਿ ਪਿੱਛੋਂ ਹੀ ਟਮਾਟਰ ਤੇ ਪਿਆਜ਼ ਦੀ ਸਪਲਾਈ ਬਹੁਤ ਘੱਟ ਹੋ ਰਹੀ ਹੈ, ਜਿਸ ਕਰਕੇ ਪਿਆਜ਼ ਤੇ ਟਮਾਟਰ ਬਹੁਤ ਮਹਿੰਗਾ ਵਿਕ ਰਿਹਾ। ਟਮਾਟਰ ਸਰ ਇੱਕ ਹਫ਼ਤੇ ਸੇ ਮਹਿੰਗਾ ਹੋ ਗਿਆ, ਤੁਹਾਨੂੰ ਦੱਸਦਾ ਕਿ ਪਿੱਛੇ ਸੇ ਮਹਿੰਗਾ ਆਇਆ, ਮਹਿੰਗਾ ਰਹਤਾ ਸਿਰ ਪਰੇਸ਼ਾਨੀ ਰਹਤੀ ਹੋਈ ਥੀ। ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਹਰਵਿੰਦਰ ਸਿੰਘ ਕੁੱਕੂ ਦੀ ਰਿਪੋਰਟ।